ਰਿਸ਼ਵਤਖੋਰੀ ਮਾਮਲੇ ਨਾਲ ਜੁੜੀ ਵੱਡੀ ਖਬਰ ਦਸਤਕ ਦੇ ਰਹੀ ਹੈ ਇੱਕ ਮਾਲ ਵਿਭਾਗ ਦੇ ਪਟਵਾਰੀ ਜਿਹੜਾ ਕਿ ਤਕਰੀਬਨ 35 ਲੱਖ ਰੁਪਏ ਰਿਸ਼ਵਤ ਮਾਮਲੇ ਦੇ ਵਿੱਚ ਪਰਚਾ ਦਰਜ ਹੋਇਆ ਔਰ ਇੱਥੇ ਜੱਗੋਂ ਤੇਰਵੀਂ ਗੱਲ ਇਹ ਹੋਈ ਹੈ ਕਿ ਇਸ ਵਾਰ ਇਕੱਲਾ ਰਿਸ਼ਵਤਖੋਰ ਪਟਵਾਰੀ ਨਹੀਂ ਜਿਸ ਦੇ ਖਿਲਾਫ ਪਰਚਾ ਦਰਜ ਹੋਇਆ ਉਸ ਦੇ ਪਿਤਾ ਉਸ ਦੇ ਭਰਾ ਤੇ ਇੱਕ ਨਿੱਜੀ ਏਜੰਟ ਦੇ ਉੱਤੇ ਵੀ ਪਰਚਾ ਦਰਜ ਹੋ ਗਿਆ ਇਹ ਮਾਮਲਾ ਜਲਾਲ ਲੁਧਿਆਣਾ ਦੇ ਨਾਲ ਜੁੜਿਆ ਹੋਇਆ ਹੈ ਔਰ ਮਾਲ ਮਹਿਕਮੇ ਦੇ ਇਸ ਪਟਵਾਰੀ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣ ਦੀ ਗੱਲ ਕਿਵੇਂ ਸ਼ੁਰੂ ਹੋਈ ਔਰ ਵਿਜੀਲੈਂਸ ਨੂੰ ਇਸ ਦੀ ਸੂ ਕਿਵੇਂ ਮਿਲੀ ਸ਼ਿਕਾਇਤ ਕਰਤਾ ਕੌਣ ਸੀ ਸ਼ਿਕਾਇਤ ਕਰਤਾ ਨੇ ਅਜਿਹਾ ਕੀ ਬਿਆਨ ਦਰਜ ਕਰਾਇਆ ਕਿ ਹਾਲੇ ਗ੍ਰਿਫਤਾਰੀ ਹੋਣੀ ਬਾਕੀ ਹੈ ਪਰ ਪਰਚਾ ਦਰਜ ਪਟਵਾਰੀ ਉਸ ਦੇ ਪਿਤਾ ਤੇ ਉਸ ਦੇ ਭਰਾ ਤੇ ਇੱਕ ਨਿੱਜੀ ਏਜੰਟ ਤੇ ਦਰਜ ਕਰ ਦਿੱਤਾ ਗਿਆ ਪੰਜਾਬ ਇਨਫੋਰਮੇਸ਼ਨ ਬਿਊਰੋ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਵਿੱਚ ਕਿਸੇ ਥਾਂ ਤੋਂ ਸਾਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਦੀ ਹੈ ਤੇ ਅਸੀਂ ਮੋੜਲੀ ਪੜਤਾਲ ਤੋਂ ਬਾਅਦ ਸਬੰਧਤ ਅਧਿਕਾਰੀ ਮੁਲਾਜ਼ਮ ਕਰਮਚਾਰੀ ਤੇ ਪਰਚਾ ਦਰਜ ਕਰਦੇ ਹਾਂ ਤੇ ਤੁਰੰਤ ਗ੍ਰਿਫਤਾਰੀ ਵੀ ਹੁੰਦੀ ਹੈ। ਮਾਲ ਹਲਕਾ ਪੀਰੂ ਬੰਦਾ ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਤੇ ਉਸਦੇ ਨਿੱਜੀ ਏਜੰਟ ਨਿੱਕੂ ਵਿਰੁੱਧ 34.70 ਲੱਖ ਰੁਪਏ ਰਿਸ਼ਵਤ ਲੈਣ ਲਈ ਭ੍ਰਿਸ਼ਟਾਚਾਰ ਦਾ ਮਕਦਮਾ ਦਰਜ ਹੋਇਆ ਯਾਨੀ ਕਿ 34 ਲੱਖ 70 ਹਜ਼ਾਰ ਰੁਪਏ ਦੇ ਕਰੀਬ ਰਿਸ਼ਵਤ ਲੈਣ ਲਈ ਭ੍ਰਿਸ਼ਟਾਚਾਰ ਦਾ ਮਕਦਮਾ ਦਰਜ ਹੋਇਆ ਇਸ ਕੇਸ 'ਚ ਪਟਵਾਰੀ ਦੇ ਭਰਾ ਪਿਤਾ ਨੂੰ ਵੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਨ ਦੇ ਦੋਸ਼ ਸ਼ਾਮਲ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਵੱਲੋਂ ਦਿੱਤੀ ਗਈ ਹੈ ਸ਼ਿਕਾਇਤਕਰਤਾ ਬੱਬੂ ਤਮਰਵਾਸੀ ਕਸਬਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਉਕਤ ਪਟਵਾਰੀ ਤੇ ਉਸਦੇ ਪ੍ਰਾਈਵੇਟ ਏਜੰਟ ਖਿਲਾਫ ਸ਼ਿਕਾਇਤ ਦਿੱਤੀ ਸੀ ਜਿਸ ਦੇ ਵਿੱਚ ਉਸ ਨੇ ਸ਼ਿਕਾਇਤ ਦਿੱਤੀ ਸੀ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿਉਂਕਿਤ ਦੋਵਾਂ ਮੁਲਜ਼ਮਾਂ ਨੇ ਸਾਲ 1994 ਚ ਰਜਿਸਟਰੀ ਹੋਈ ਪਰ ਆਪਣੇ ਪਿਤਾ ਦੀ ਜਾਇਦਾਦ ਦਾ ਇੰਤਕਾਲ ਮਨਜ਼ੂਰ ਕਰਾਉਣ ਬਦਲੇ 40000 ਰੁਪਏ ਦੀ ਰਿਸ਼ਵਤ ਲਈ। ਉਹਨਾਂ ਅਗੇ ਦੱਸਿਆ ਕਿ ਸਬੰਧੀ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੀ ਟੀਮ ਵੱਲੋਂ ਆਨਲਾਈਨ ਸ਼ਿਕਾਇਤ ਦੀ ਪੜਤਾਲ ਕੀਤੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਪਟਵਾਰੀ ਉਸ ਦੇ 에ਜੰਟ ਨਿੱਕੂ ਪਿਤਾ ਪਰਮਜੀਤ ਸਿੰਘ ਤੇ ਉਕਤ ਪਟਵਾਰੀ ਦੇ ਭਰਾ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਉਸ ਦੇ ਪਿਤਾ ਦੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਜਾਇਦਾਦ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਵੱਖ-ਵੱਖ ਸਮਿਆਂ ਤੇ ਚਾਰ ਵਾਰੀ ਚ ਕੁੱਲ 27,50,000 ਰੁਪਏ ਦੀ ਰਿਸ਼ਵਤ ਲਈ ਹੈ ਸ਼ਿਕਾਇਤਕਰਤਾ ਨੇ ਵੀ ਦੋਸ਼ ਲਾਉਂਦੇ ਆਖਿਆ ਹੈ ਕਿ ਉਕਤ ਪਟਵਾਰੀ ਤੇ ਉਸਦੇ ਏਜੰਟ ਨਿੱਕੂ ਨੇ ਉਸ ਤੋਂ 스마트 ਘੜੀਆਂ ਸਮੇਤ ਦੋ ਆਈਫੋਨ 3 ਲੱਖ ਰੁਪਏ ਕੀਮਤ ਵਾਲੀਆਂ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ 3 ਲੱਖ 40 ਹਜ਼ਾਰ ਰੁਪਏ ਵੀ ਲਏ। ਔਰ ਤੁਸੀਂ ਦੇਖਦੇ ਜਾ ਰਹੇ ਹੋ ਕਿ ਸ਼ਿਕਾਇਤਕਰਤਾ ਨੇ ਜੋ ਜੋ ਬਿਆਨ ਕੀਤਾ ਕਿ ਕਿਵੇਂ ਮਹਿੰਗੇ ਮਹਿੰਗੇ ਗਿਫਟ ਦੇ ਰੂਪ ਦੇ ਵਿੱਚ ਰਿਸ਼ਵਤ ਲਈ ਗਈ, ਨਕਦੀ ਦੇ ਰੂਪ ਵਿੱਚ ਰਿਸ਼ਵਤ ਲਈ ਗਈ ਤਾਂ ਹੁਣ ਤੱਬਰ ਦੇ ਜੀਆਂ ਨੂੰ ਵੀ ਇਸ ਵਿੱਚ ਨਾਮਜ਼ਦ ਕਰ ਲਿਆ ਗਿਆ। اور شکایت ਕਰਤਾ ਲੋਕ ਉਕਤ ਪਟਵਾਰੀ ਦੇ ਵਿਚੋਲੀਏ ਨਿੱਕੂ ਦੀ ਜਨਮ ਦਿਨ ਪਾਰਟੀ ਮੌਕੇ ਵੀ 80000 ਰੁਪਏ ਖਰਚ ਕਰਵਾਏ ਗਏ ਬਲਾਰੇ ਨੇ ਦੱਸਿਆ ਕਿ ਤਫਤੀਸ਼ ਮੁਤਾਬਕ ਉਕਤ ਪਟਵਾਰੀ ਦੇ ਨੇ ਨਾ ਤਾਂ ਇਸ ਜਾਇਦਾਦ ਦਾ ਇਨਤਕਾਲ ਦਰਜ ਕੀਤਾ ਤੇ ਨਾ ਹੀ ਸ਼ਿਕਾਇਤ ਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਸ਼ਿਕਾਇਤ ਕਰਤਾ ਹੈ ਇਹ ਵੀ ਲੰਮੇ ਸਮੇਂ ਤੋਂ ਇੰਨੀ ਜ਼ਿਆਦਾ ਰਕਮ ਵੱਡੀ ਰਕਮ ਆ ਕਿਵੇਂ ਦੇ ਰਿਆ ਸੀ ਗਿਫਟ ਕਿਉਂ ਦੇ ਰਿਆ ਸੀ ਇਹ ਵੀ ਆਪਣੇ ਆਪ ਚ ਵੱਡੇ ਸਵਾਲ ਨੇ ਪੁਛਗਿਸ਼ ਦਾ ਹਿੱਸਾ ਹੋ ਸਕਦਾ ਸ਼ਿਕਾਇਤ ਕਰਤਾ ਵੀ ਬਣੇ ਪਰ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਜਾਏ ਅੱਖੋਂ ਲੈ ਕਰਨ ਵਾਲੀ ਗੱਲ ਨਹੀਂ ਕਿ ਪਟਵਾਰੀ ਨੇ ਇੰਨੀ ਵੱਡੀ ਰਿਸ਼ਵਤ ਲਈ ਔਰ ਨਾਲ ਹੀ ਉਸਦੇ ਜਿਹੜੇ ਨੇ ਵਿਚੋਲੀਏ ਨੇ ਜਾਂ ਉਸ ਦਾ ਜਿਹੜਾ ਇੱਕ ਪਰਸਨਲ ਏਜੰਟ ਰੱਖਿਆ ਹੋਇਆ ਸੀ ਜਇਹੇ ਕੰਮਾਂ ਨੂੰ ਲੈ ਕੇ ਉਹ ਵੀ ਉਸ ਦੀ ਵੀ ਵਿੱਚ ਮਿਲੀ ਭੋਗਤ ਸੀ ਅੱਗੇ ਦੱਸਦੇ ਹਾਂ ਕਿ ਆ ਗਿਆ ਇਸ ਸਬੰਧ ਵਿੱਚ ਪਟਵਾਰੀ ਗੁਰਵਿੰਦਰ ਸਿੰਘ ਉਸ ਦੇ ਸਾਥੀ ਨਿੱਕੂ ਸਮੇਤ ਪਟਵਾਰੀ ਦੇ ਭਰਾ ਤੇ ਪਿਤਾ ਨੂੰ ਵੀ ਰਿਸ਼ਵਤ ਮੰਗਣ ਤੇ ਲੈਣ ਤੇ ਮਿਲੀ ਭੁਗਤ ਨਾਲ ਸਾਜ਼ਿਸ਼ ਰਚਨ ਵਿੱਚ ਦੋਸ਼ੀ ਪਾਉਂਦੇ ਹਨ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ 7A IPC ਦੀ ਧਾਰਾ 420 120B ਤੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਪਰਚਾ ਦਰਜ ਕਰ ਦਿੱਤਾ ਗਿਆ FIR ਨੰਬਰ 29 ਹੈ ਜਿਹੜੀ ਕਿ 24 ਨਵੰਬਰ 2023 ਨੂੰ ਮੁਕੱਦਮਾ ਦਰਜ ਹੋਇਆ ਹੈ ਅਖੀਰ ਵਿੱਚ ਇਹ ਵੀ ਦੱਸਿਆ ਗਿਆ ਕਿ ਉਕਤ ਮੁਲਜ਼ਮ ਪੁਛਗਿਸਤ 'ਚ ਸ਼ਾਮਲ ਹੋਣ ਲਈ ਨਹੀਂ ਆਏ ਇਸ ਮਾਮਲੇ 'ਚ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਨੇ ਗ੍ਰਿਫਤਾਰੀ ਹਾਲੇ ਇਸ ਕੇਸ ਦੇ ਵਿੱਚ ਕਿਸੇ ਵੀ ਨਹੀਂ ਹੋਈ ਪਰ ਪਟਵਾਰੀ ਉਸ ਦੇ ਪਿਤਾ ਤੇ ਉਸ ਦੇ ਭਰਾ ਤੇ ਇੱਕ ਜਿਹੜਾ ਏਜੰਟ ਨਿੱਕੂ ਰੱਖਿਆ ਹੋਇਆ ਸੀ ਉਸ ਦੀਆਂ ਮੁਸੀਬਤਾਂ ਵੱਧ ਗਈਆਂ ਨੇ ਕਿਉਂਕਿ ਹੁਣ ਖੈਰ ਨਹੀਂ ਹੈ ਕਿਉਂਕਿ ਜਿਹੜੇ ਐਡੀ ਵੱਡੀ ਰਕਮ ਔਰ ਕਿਹੜੇ-ਕਿਹੜੇ ਢੰਗ ਤਰੀਕੇ ਲੱਭੇ ਗਏ ਆਈਫੋਨ ਘੜੀਆਂ ਪਾਕਿਸਤਾਨੀ ਜੁੱਤੀ ਇੱਥੋਂ ਤੱਕ ਕਿ ਨਕਦੀ ਰੂਪ ਵਿੱਚ ਵੀ ਰਿਸ਼ਵਤ ਲਈ ਗਈ ਇਸ ਮਾਮਲੇ ਦੇ ਵਿੱਚ ਦੇਖਦੇ ਆ ਕਿ ਹੁਣ ਸ਼ਿਕਾਇਤਕਰਤਾ ਦੇ ਜਿਹੜੇ ਬਿਆਨਾਂ ਨੂੰ ਤਾਂ ਦਰਜ ਕਰ ਲਿਆ ਗਿਆ ਮੁੱਢਲੀ ਪੜਤਾਲ ਵੀ ਪਾਈ ਗਈ ਇਸੇ ਕਰਕੇ ਵਿਜੀਲੈਂਸ ਨੂੰ ਲੱਗਿਆ ਕਿ ਇਹ ਤਾਂ ਘੋਰ ਅਪਰਾਧ ਕਰ ਰਿਹਾ ਹੈ ਇਹ ਤਾਂ ਕ੍ਰਾਈਮ ਬਹੁਤ ਵੱਡਾ ਹੈ ਰਿਸ਼ਵਤ ਲੈ ਰਿਹਾ ਐਸੇ ਕਰਕੇ ਸ਼ਿਕੰਜਾ ਕੱਸਿਆ ਗਿਆ ਤੇ ਫਿਲਹਾਲ ਪਰਚਾ ਦਰਜ ਕੀਤਾ ਹੈ ਛਾਪੇਮਾਰੀ ਦੇ ਦਾਅਵੇ ਕੀਤੇ ਗਏ ਨੇ ਕਿ ਗ੍ਰਿਫਤਾਰੀ ਜਲਦ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਕਈ ਰਿਸ਼ਵਤਖੋਰ ਪਟਵਾਰੀ ਇਸ ਸਰਕਾਰ ਦੇ ਦਰਾਂ ਅੜਿੱਕੇ ਚੜ ਚੁੱਕੇ ਨੇ ਜਿਹੜੇ ਲੰਮੇ ਸਮੇਂ ਤੋਂ ਲੁੱਟਮਚਾਰੇ ਸਨ ਔਰ ਕੋਠੀਆਂ ਕਾਰਾਂ ਜਾਇਦਾਦਾਂ ਬਣਾ ਰਹੇ ਸਨ ਹੁਣ ਇਹ ਪਟਵਾਰੀ ਤੋਂ ਜਦੋਂ ਪੁੱਛ ਪੜਤਾਲ ਹੋਣੀ ਹੈ ਜਿਸ ਅਯੋਗ ਦਿੱਤਾ ਇਸ ਨੇ ਤਾਂ ਫਿਰ ਕਾਫੀ ਪਰਦੇ ਹੋਰ ਖੁੱਲਣ ਦੀ ਉਮੀਦ ਲਾਈ ਜਾ ਸਕਦੀ ਹੈ ਫਿਲਹਾਲ ਇਸ ਜਾਣਕਾਰੀ ਦੇ ਵਿੱਚ ਇੰਨਾ ਹੀ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ